ਸਾਦਾ ਉਰੇ ਬੋਰ ਦੇਰ ਦਾ ਇਹਨਾਂ ਨੇ ਮਨ ਬਣਾਇਆ ਸੋ ਔਰ ਸਾਡੇ ਰਿਟਾਇਰ ਜੈ ਸਾਹਿਬ ਬਾਬੂ ਈਸ਼ਵਰ ਜੀ ਉਹ ਪੂਰੇ ਪਰਿਵਾਰ ਦੇ ਨਾਲ ਮੈਂ ਆਪਣੀ ਉਮਰ ਦੇ ਵਿੱਚ 45-46 ਸਾਲ ਦੀ ਉਮਰ ਹੋ ਗਈ ਇਹੋ ਜਿਹਾ ਕੰਮ ਨਹੀਂ ਦੇਖਿਆ ਜੇ ਤੁਸੀਂ ਕਿਸੇ ਨੇ ਦੇਖਿਆ ਤਾਂ ਦੱਸ ਸਕਦੇ ਹੋ ਨਹੀਂ ਦੇਖਿਆ ਨਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਸ ਤੋਂ ਵੀ ਵਧੀਆ ਭਾਈ ਸਾਹਿਬ ਨੂੰ ਆਪਾਂ ਮਿਲਦੇ ਹਾਂ ਸਾਰੇ ਕੰਮ ਹੋਣਗੇ ਉਹ ਮੌਕੇ ਪੇ ਆ ਕੇ ਭਾਈ ਸਾਹਿਬ ਸੇ ਮਿਲੇ ਆਓ ਮੈਂਬਰ ਨੇ ਇੱਕ ਭਜਨ ਤਿਆਰ ਕੀਤਾ ਸੁਣੋ ਸਰਨਾ ਬਸਤੀ ਦੀ ਇੱਕ ਡਿਮਾਂਡ ਭੁੱਲ ਗਿਆ ਇੱਕ ਮੋਟਰ ਲਾਣੀ ਆਪਾਂ ਜਗ੍ਹਾ ਅਸੀਂ ਦੇ ਦਾਂਗੇ ਭਾਈ ਸਾਹਿਬ ਪਾਣੀ ਵਾਲੀ ਮੋਟਰ ਲਾ ਦੇਣ ਤਾਂ ਕਿ ਪਾਣੀ ਦੀ ਵਿਵਸਥਾ ਵੱਧ ਜੇ ਇਹ ਮੈਂ ਕਮਾਨ ਸਰਨਾ ਬਸਤੀ ਰੱਖਦਾ ਗਲੀਆਂ ਸੜਕਾਂ 2-4 ਖੰਭੇ ਇੱਧਰ ਕਰਨ ਵਾਲੇ ਇੱਕ 11,000 ਵਾਟ ਉਹਦਾ ਸ਼ਾਇਦ ਟੈਂਡਰ ਵੀ ਹੋ ਚੁੱਕਿਆ ਜਿਹੜਾ ਪਗਲੀ ਸਾਈਡ ਕਰਨਾ ਗਾਉਂ ਬਾਜੇ ਕਾਂਕੇ ਮੇਰੇ ਬਹੁਤ ਹੀ ਸਨਮਾਨਿਤ ਸਾਥੀਓ ਬਜ਼ੁਰਗੋ ਨੌਜਵਾਨ ਸਾਥੀਓ ਮਾਤਾਏ ਬਹਿਣੇ ਸਾਰਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਰਾਮ ਰਾਮ ਜੈ ਹਿੰਦ ਔਰ ਮੇਰੇ ਭਾਈ ਬਗੜਾਵਤ ਸਿੰਘ ਭਾਈ ਸੁਖਦੇਵ ਸਿੰਘ ਲਕਸ਼ਮਣ ਕੁਮਾਰ ਸਾਥੀ ਔਰ ਗਾਓ ਬਾਜੇ ਕਾਕੇ ਸਰਪੰਚ ਭਾਈ ਰਾਜਿੰਦਰ ਸਿੰਘ ਜੀ ਕੰਗ ਜਰਨੈਲ ਸਿੰਘ ਜੀ ਐਕਸ ਸਰਪੰਚ ਪਾਲ ਸਿੰਘ ਜੀ ਰਾਮ ਲਾਲ ਜੀ ਠੇਕੇਦਾਰ ਸੰਦੀਪ ਜੀ ਬਗੜਾ ਰਾਮ ਜੀ ਡਾਕਟਰ ਦਲਵੀਰ ਸਿੰਘ ਜੀ ਲਖਵਿੰਦਰ ਸਿੰਘ ਜੀ ਲੱਖਾ ਛੋਟਾ ਭਾਈ ਅਮਰਜੀਤ ਸਿੰਘ ਜੀ ਸੋਨੂ ਕੁਮਾਰ ਪ੍ਰਧਾਨ ਅਸ਼ੋਕ ਕੁਮਾਰ ਜੀ ਭਾਈ ਸੁਸ਼ੀਲ ਕੁਮਾਰ ਭਾਈ ਵਿਤੋਸ਼ ਵਰਮਾ ਨਰਿੰਦਰ ਕੁਮਾਰ ਬਲਬੀਰ ਭੁੱਕਰ ਭਾਈ ਲਕਸ਼ਮਣ ਦਾਸ ਡਾਕਟਰ ਮਿਲਖ ਰਾਜ ਗੁਰਵਿੰਦਰ ਸਿੰਘ ਜੀ ਹਲਕਾ ਪ੍ਰਧਾਨ ਇਨੈਲੋ ਜੈ ਸਿੰਘ ਜੀ ਕੁਸੁੰਬੀ ਜ਼ਿਲ੍ਹਾ ਪ੍ਰਧਾਨ ਹਲੋਪਾ ਭਾਈ ਤੇਜ ਔਰ ਜਿਤਨੇ ਵੀ ਆਏ ਮੇਰੇ ਸਾਥ ਸਭੀ ਸਾਥੀ ਗ੍ਰਾਮ ਪੰਚਾਇਤ ਮੈਂਬਰ ਔਰ ਸਾਰਿਆਂ ਨੂੰ ਮੇਰੀ ਇੱਕ ਵਾਰ ਫਿਰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਰਾਮ ਰਾਮ ਮੈਨੂੰ ਤਾਂ ਲੱਗਦਾ ਐਤਕੇ ਬਾਜੇ ਕਾਂ ਨੇ ਰਿਕਾਰਡ ਤੋੜ ਦੇਣੇ ਹੈ ਵੋਟਾਂ ਦੇ ਵੀ ਕੰਮ ਦੇ ਰਿਕਾਰਡ ਮੈਂ ਪਹਿਲੇ ਵੀ ਬਾਜੇ ਕਾਂ ਤੋੜੇ ਅਤੇ ਇਹ ਜਿਹੜਾ ਰਿਕਾਰਡ ਬਣਿਆ ਇਹ ਵੀ ਤੋੜ ਦੇਣਾ ਮੈਂ ਮੇਰਾ ਵੀ ਪ੍ਰੋਮਿਸ ਹੈ ਤੁਹਾਨੂੰ ਮੈਂ 2-3 ਵਾਰੀ ਬਾਜੇ ਕਾਂ ਆ ਗਿਆ ਹਰ ਵਾਰ ਮੈਨੂੰ ਤਾਂ ਲੱਗਦਾ ਕਿ ਸਾਰਿਆਂ ਨੇ ਐਤਕੇ ਇੱਕਾ ਕਰ ਲਿਆ ਕਿ ਭਾਈ ਸਾਹਿਬ ਇੰਨੇ ਕੰਮ ਹੋਏ ਹੈ ਤੇ ਅਸੀਂ ਪੂਰੇ ਵਾਜੇਕਾਂ ਨੇ ਵੋਟਾਂ ਪਾਣੀਆਂ ਤੁਹਾਨੂੰ ਇਹ ਬਹੁਤ ਵਧੀਆ ਮੌਕਾ ਹੈ ਕਹਿੰਦੇ ਬਹੁਤ ਵਧੀਆ ਮੌਕਾ ਮਾਰੋ ਚੋਕਾ 4 ਨੰਬਰ ਤੇ ਨਿਸ਼ਾਨ ਹੈ ਨਿਸ਼ਾਨ ਵੀ 4 ਨੰਬਰ ਤੇ ਹੈ ਸ਼ਿਪ ਦਾ 4 ਨੰਬਰ ਦਾ ਬਟਨ ਦਬਾਉਣਾ ਹੈ ਤੇ ਵਾਜੇਕਾਂ ਤੋਂ ਇਕਦਮ ਤੁਸੀਂ ਡਟ ਕੇ ਕਹਿੰਦੇ ਨਾ ਕਿ ਇਕਦਮ ਵੱਧ ਤੋਂ ਵੱਧ ਵੋਟਾਂ ਪਾਣੀਆਂ ਡਟ ਕੇ ਤੇ ਰੱਜ ਕੇ ਮੈਂ ਕੰਮ ਕਰਨੇ ਵਾਜੇਕਾਂ ਦੇ ਮੈਂ ਪ੍ਰੋਮਿਸ ਕਰਕੇ ਜਾਣਾ ਤੇ ਮੈਂ ਉਹ ਵੀ ਮੰਦਿਰ ਦੇ ਸਾਹਮਣੇ ਖੜਾ ਬਾਬਾ ਰਾਮਦੇਵ ਜੀ ਦੇ ਮੰਦਿਰ ਦੇ ਸਾਹਮਣੇ ਮੇਰਾ ਪ੍ਰੋਮਿਸ ਹੈ ਸਭ ਤੋਂ ਪਹਿਲਾਂ ਇਸ ਇਲੈਕਸ਼ਨ ਦੇ ਬਾਅਦ ਮੇਰਾ ਇੱਕੋ ਹੀ ਕੰਮ ਹੈ ਕਿ ਰੋਜ਼ਗਾਰ ਮੇਰੇ ਨੌਜਵਾਨ ਸਾਥੀਆਂ ਨੂੰ ਮਾਂ ਭੈਣਾਂ ਨੂੰ ਰੋਜ਼ਗਾਰ ਕਿਉਂਕਿ ਰੋਜ਼ਗਾਰ ਦਾ ਬਹੁਤ ਬੜਾ ਮੁੱਦਾ ਹੈ ਆਪਣੇ ਸਰਸੇ ਦੇ ਅੰਦਰ ਦਿੱਲੀ ਤੋਂ ਦੂਰ ਇੱਥੇ ਕੋਈ ਫੈਕਟਰੀ ਹੈ ਨਹੀਂ ਕੋਈ ਇੰਡਸਟਰੀ ਹੈ ਨਹੀਂ ਕੋਈ ਸਾਧਨ ਹੈ ਨਹੀਂ ਤੇ ਰੋਜ਼ਗਾਰ ਮਿਲੇਗਾ ਨੌਜਵਾਨ ਸਾਥੀਆਂ ਨੂੰ ਕੰਮ ਮਿਲੇਗਾ ਤੇ ਇਹਨਾਂ ਦਾ ਧਿਆਨ ਕਨਵਰਟ ਹੋਏਗਾ ਬਾਕੀ ਕੰਮਾਂ ਤੋਂ ਬਾਕੀ ਹੋਰ ਚੀਜ਼ਾਂ ਤੋਂ ਤੇ ਸਭ ਤੋਂ ਪਹਿਲਾਂ ਮੇਰਾ SEZ ਬਣਾ ਕੇ ਇੰਡਸਟਰੀਅਲ ਟਾਊਨਸ਼ਿਪ ਬਣਾ ਕੇ ਇੱਥੇ ਵੱਡੀ ਵੱਡੀ ਫੈਕਟਰੀਆਂ ਲੱਗੇ ਸਰਸੇ ਦੇ ਆਸ ਪਾਸ ਤੇ ਕੰਮ ਮਿਲੇ ਮੇਰੇ ਨੌਜਵਾਨ ਸਾਥੀਆਂ ਨੂੰ ਵੀ ਜਿਹੜੇ ਹੋਰ ਆਉਂਦੇ ਆ ਨਾ ਉਹਨਾਂ ਵਾਸਤੇ ਗੱਲ ਦੱਸਾਂ ਤੁਹਾਨੂੰ ਇੱਕ
ਉਸ ਪਰਿਵਾਰ ਨੇ 25 ਸਾਲ ਰਾਜ ਕੀਤਾ ਸਰਸੇ ਸੇ 25 ਸਾਲ ਕਿਸੇ ਨੂੰ ਪੁੱਛ ਲਓ ਤੇ ਉਹ ਐਤਕੇ ਆਏ ਤਾਂ ਉਹਨੂੰ ਕਹਿਣਾ ਵੀ 25 ਸਾਲਾਂ ਦੇ ਅੰਦਰ ਸਾਡੇ ਪਿੰਡ ਦੀ ਤਾਂ ਗੱਲ ਛੱਡ ਦੇ ਤੂੰ ਕਦੇ 25 ਰੁਪਈਆ ਭੇਜਿਆ ਹੋਵੇ ਪਰ 25 ਸਾਲਾਂ ਦੇ ਅੰਦਰ ਜੇ ਉਹਨੇ ਇੱਕ ਵੀ ਕੰਮ ਪੂਰੇ ਸਰਸਾ ਦੇ ਅੰਦਰ ਕੀਤਾ ਹੋਵੇ ਨਾ ਤੇ ਤੁਸੀਂ ਉਹਨੂੰ ਵੋਟ ਦੇ ਦੇਣਾ ਇੱਕ ਵੀ ਕੰਮ ਪੁੱਛ ਲੈਣਾ ਇੱਕ ਵੀ ਕੰਮ ਉਹਨਾਂ ਦੀ ਕੋਈ ਸੋਚ ਹੈ ਨਹੀਂ ਕੰਮ ਕਰਾਉਣ ਦੀ ਨਾ ਪਹਿਲੇ ਕੋਈ ਕੰਮ ਕੀਤਾ ਨਾ ਹੁਣ ਉਹਨਾਂ ਨੇ ਕਰਨਾ ਕੰਮ ਤੁਹਾਡੇ ਭਰਾਵਾਂ ਨੇ ਜਿਹੜੇ ਸਮਾਜ ਸੇਵਾ ਦਾ ਬੀੜਾ ਉਠਾ ਕੇ ਜਿਹਨਾਂ ਨੂੰ ਕੋਈ ਲਾਲਚ ਹੈ ਨਹੀਂ ਕਹਿੰਦੇ ਕਿ ਜਿਹੜਾ ਬੰਦਾ ਲਾਲਚੀ ਨਾ ਹੋਵੇ ਨਾ ਉਹੀ ਕੰਮ ਕਰ ਸਕਦਾ ਹੈ ਆਪਾਂ ਨੂੰ ਕੋਈ ਲਾਲਚ ਹੈ ਨਹੀਂ ਆਪਾਂ ਨੂੰ ਗੁਰੂਆਂ ਦਾ ਆਸ਼ੀਰਵਾਦ ਹੈ ਸੰਤ ਫਕੀਰਾਂ ਦਾ ਆਸ਼ੀਰਵਾਦ ਹੈ ਬਾਬੇ ਦਾ ਤੇ ਅਸੀਂ ਰਾਜਨੀਤੀ ਦੇ ਅੰਦਰ ਸਿਰਫ ਔਰ ਸਿਰਫ ਸਮਾਜ ਸੇਵਾ ਲਈ ਆਏ ਹੈ ਇਹ ਪੂਰਾ ਹਰਿਆਣਾ ਨਹੀਂ ਪੂਰਾ ਹਿੰਦੁਸਤਾਨ ਜਾਣਦਾ ਹੈ ਕਿ ਤੁਹਾਡੇ ਭਰਾ ਗੋਪਾਲ ਨੇ ਤੇ ਗੋਵਿੰਦ ਨੇ ਕਦੇ ਕਿਸੇ ਤੋਂ ਨਾ 1 ਰੁਪਈਆ ਮੰਗਿਆ ਤੇ ਨਾ ਮੰਗਣਗੇ ਜਿੰਨੀ ਵੱਧ ਤੋਂ ਵੱਧ ਹੋਏਗੀ ਤੁਹਾਡੀ ਸੇਵਾ ਕਰਾਂਗੇ ਵੱਧ ਤੋਂ ਵੱਧ ਕੰਮ ਕਰਾਂਗੇ ਉਹਨਾਂ ਨੇ ਤਾਂ ਸਿਰਫ ਵਰਗਲਾ ਕੇ ਵੋਟ ਲੈ ਜਾਣੇ ਹੈ ਉਹ ਭਰਾਵਾ ਸਰਕਾਰ ਕੋਈ ਵੀ ਹੋਵੇ ਸਰਕਾਰ ਤੁਹਾਡੀ ਹੋਏਗੀ ਤੇ ਐਤਕੇ ਤਾਂ ਇੰਨਾ ਵਧੀਆ ਮੌਕਾ ਮਿਲਿਆ ਇਹ ਜਿਹਾ ਗਠਬੰਧਨ ਹੋਇਆ ਨਾ ਮੈਂ ਪ੍ਰੋਮਿਸ ਕਰਦਾ ਮੈਂ 2 ਵਾਰੀ 4 ਵਾਰੀ ਵਾਜੇਗਾ ਆ ਕੇ ਪਹਿਲੇ ਕਹਿੰਦਾ ਸੀ ਮੈਂ ਕਿਹਾ 40 ਸੀਟਾਂ ਆਏਗੀ ਸਰਕਾਰ ਦੀ ਜੇ 40 ਸੀਟਾਂ ਆਈ ਅਗਲੀ ਵਾਰ ਆ ਕੇ ਮੈਂ ਕਿਹਾ ਵੀ 40 ਸੀਟਾਂ ਆਏਗੀ ਬੀਜੇਪੀ ਦੀ ਜਿਹੜੇ ਕਹਿੰਦੇ ਨਾ 75 ਪਾਰ ਉਹਨਾਂ ਦੀ ਸੀਟਾਂ ਆਉਣੀ ਹੈ 40 ਤੇ 40 ਆਉਣ ਬਾਅਦ ਮੈਨੂੰ ਇੱਕ ਬੰਦਾ ਪੁੱਛਦਾ ਕਿ ਭਾਈ ਸਾਹਿਬ ਪਹਿਲੇ ਕਿਵੇਂ ਪਤਾ ਚੱਲਦਾ ਤੁਹਾਨੂੰ ਮੈਂ ਕਿਹਾ ਬਾਬੇ ਦਾ ਆਸ਼ੀਰਵਾਦ ਹੈ ਪਹਿਲੇ ਪਤਾ ਚੱਲਦਾ ਤੇ ਹੁਣ ਵੀ ਪਹਿਲੇ ਪਤਾ ਹੈ ਸਰਕਾਰ ਸਰਸੇ ਦੀ ਹੋਏਗੀ ਹਰਿਆਣਾ ਦੇ ਅੰਦਰ ਤੁਸੀਂ ਧਿਆਨ ਰੱਖਣਾ ਸਰਕਾਰ ਸਰਸਾ ਦੀ ਹੋਏਗੀ ਵੱਧ ਤੋਂ ਵੱਧ ਵੋਟਾਂ ਪਾਉਣਾ ਤਾਂ ਕਿ ਇਸ ਸਰਕਾਰ ਦੇ ਅੰਦਰ ਸਰਸੇ ਦਾ ਹਿੱਸਾ ਹੋਵੇ ਤੇ ਮੈਂ ਵੱਧ ਤੋਂ ਵੱਧ ਕੰਮ ਕਰੂੰ ਇੰਨਾ ਤੁਸੀਂ ਸਵਾਗਤ ਮਾਨ ਤੇ ਇੰਨਾ ਜੋਸ਼ੀਲੇ ਅੰਦਾਜ਼ ਨਾਲ ਕੀਤਾ ਹੈ ਇਹ ਜੋਸ਼ ਨੂੰ ਬਣਾ ਕੇ ਰੱਖਣਾ ਆਪਾਂ 5 ਤਰੀਕ ਤੱਕ ਤੁਸੀਂ ਇਹ ਜੋਸ਼ ਇਸੇ ਤਰ੍ਹਾਂ ਰੱਖਣਾ ਤੇ ਵੱਧ ਤੋਂ ਵੱਧ ਵੋਟਾਂ ਪਾ ਦੇਣਾ ਤੇ ਬਾਕੀ ਮੇਰੀ ਜ਼ਿੰਮੇਵਾਰੀ ਹੈ ਸਾਰੀ ਜਿਹੜੀ ਜਿਹੜੀ ਮੈਂ ਗੱਲ ਕਹੀ ਹੈ ਕਿਉਂਕਿ ਮੈਂ ਜਿਹੜੀ ਗੱਲ ਕਹਿਣਾ ਉਹ ਮੈਂ ਕਰਨਾ ਜੇ ਸਰਕਾਰ ਨੇ ਫੈਕਟਰੀਆਂ ਨਾ ਲਾਈ ਨਾ ਇੱਥੇ ਤੇ ਤੁਹਾਡੇ ਭਰਾ ਦੇ ਅੰਦਰ ਇੰਨਾ ਤਾਂ ਮੈਂ ਖੁਦ ਵੀ ਲਾ ਸਕਦਾ ਇੱਥੇ ਫੈਕਟਰੀਆਂ ਕਿਉਂਕਿ ਮੈਂ ਗੱਲ ਉਹੀ ਕਰਨਾ ਜਿਹੜੀ ਮੈਂ ਪੁਗਾਸ ਕਰਾਂ ਕਿਉਂਕਿ ਮੈਂ ਗੁਰੂਆਂ ਨੂੰ ਮੰਨਣ ਵਾਲਾ ਬੰਦਾ ਮੈਂ ਝੂਠੀ ਬੁੱਠੀ ਗੱਲ ਕਰਦਾ ਨਹੀਂ ਮੈਂ ਜਿਹੜੀ ਗੱਲ ਕਰਦਾ ਉਹ ਸੱਚੀ ਤੇ ਸਾਫ਼ ਕਰਨਾ ਤੁਸੀਂ ਆਪਣਾ ਆਸ਼ੀਰਵਾਦ ਰੱਖਣਾ ਤੇ ਮੇਰਾ ਆਪਣਾ ਕੰਮ ਮੈਨੂੰ ਕਰਨ ਦੇਣਾ ਤੇ ਮੈਂ ਤੁਹਾਡੇ ਲਈ ਕੰਮ ਕਰਾਂਗਾ ਵੱਧ ਤੋਂ ਵੱਧ ਵੋਟਾਂ ਪਾ ਕੇ ਤੁਸੀਂ ਮੈਨੂੰ ਜਿਤਾਉਣਾ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਮਾਨ ਸਨਮਾਨ ਦਿੱਤਾ ਸਾਰਿਆਂ ਨੂੰ ਮੇਰੀ ਇੱਕ ਵਾਰ ਫਿਰ ਸਤਿ ਸ਼੍ਰੀ ਅਕਾਲ ਰਾਮ ਰਾਮ ਜੈ ਹਿੰਦ ਜੈ ਹਰਿਆਣਾ